ਦੋਸਤੋ ਪੰਜਾਬ ਪੁਲਿਸ ਭਰਤੀ ਨੂੰ ਲੈ ਕੇ ਬਹੁਤ ਹੀ ਜ਼ਰੂਰੀ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਾ ਜੀ ਜਾਣਕਾਰੀ ਪੂਰੀ ਡਿਟੇਲ ਚ ਦੱਸਾਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਵੀਡੀਓ ਚੰਗਾ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਦੋਸਤੋ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਸਰਕਾਰੀ ਨੌਕਰੀ ਦੀ ਜਾਣਕਾਰੀ ਜੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋਸਤੋ ਆਪਾਂ ਚੱਲਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਨੰਬਰ 1 ਜੀ ਦੋਸਤੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਇਰੈਕਟਰ ਦੋਸਤੋ ਜੋ ਤੁਹਾਡਾ ਇਗਜ਼ਾਮ ਹੋਵੇਗਾ CBT ਉਹਦੇ ਲਈ ਇਹ ਟੈਂਡਰ ਮੰਗਿਆ ਗਿਆ ਜੀ ਦੋਸਤੋ ਭਰਤੀ ਨੂੰ ਕਰਾਉਣ ਵਾਸਤੇ ਵੀ ਕਮੇਟੀ ਗਠਿਤ ਹੋ ਚੁੱਕੀ ਹੈ ਜੀ ਉਹ ਕਮੇਟੀ ਦੇ ਬਾਰੇ ਵੀ ਮੈਂ ਤੁਹਾਨੂੰ ਪੂਰਾ ਡਿਟੇਲ ਚ ਦੱਸਾਂਗਾ ਕਿਹੜੀਆਂ ਕਿਹੜੀਆਂ ਪੋਸਟਾਂ ਲਈ ਉਹ ਕਮੇਟੀ ਗਠਿਤ ਕੀਤੀ ਗਈ ਹੈ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਨੰਬਰ 2 ਦੋਸਤੋ ਨੋਟੀਫਿਕੇਸ਼ਨ ਨੰਬਰ 2 ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਇਹ ਕਮੇਟੀ ਗਠਿਤ ਹੋ ਚੁੱਕੀ ਹੈ ਜੀ ਇਹ ਭਰਤੀ ਨੂੰ ਕਰਾਉਣ ਵਾਸਤੇ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ ਸਬ ਇਨਸਪੈਕਟਰ ਡਿਸਟ੍ਰਿਕਟ ਦੀ ਜੀ ਮੇਲ ਅਤੇ ਫੀਮੇਲ ਵਾਸਤੇ ਕਮੇਡੀ ਗੱਠੀ ਤੋਈਏ ਨੂੰ ਮੈਂ ਥੋੜਾ ਹਾਈਡ ਕਰਕੇ ਰੱਖਿਆ ਜੀ ਜਾਣ ਬੁੱਝ ਕੇ ਪੋਸਟ ਨੰਬਰ 2 ਜੀ ਕੌਨਸਟੇਬਲ ਡਿਸਟ੍ਰਿਕਟ ਐਂਡ ਆਰਮਡ ਲਈ ਮੇਲ ਅਤੇ ਫੀਮੇਲ ਵਾਸਤੇ ਵੀ ਕਮੇਡੀ ਗੱਠੀ ਤੋਗੀ ਜੀ ਸਬ ਇਨਸਪੈਕਟਰ ਕੌਨਸਟੇਬਲ ਇੰਟੈਲੀਜੈਂਟ ਬਿਊਰੋ ਵਾਸਤੇ ਜੀ ਮੇਲ ਅਤੇ ਫੀਮੇਲ ਦੋਨੋਂ ਕੈਂਡੀਡੇਟਸ ਲਈਏ ਜੀ ਸਬ ਇਨਸਪੈਕਟਰ ਐਂਡ ਕੌਨਸਟੇਬਲ ਟੈਕਨੀਕਲ ਸਰਵਿਸ ਲਈ ਜੀ ਮੇਲ ਅਤੇ ਫੀਮੇਲ ਦੋ ਹੈਡ ਕਨਸਟੇਬਲ ਕਨਸਟੇਬਲ ਇਹਨਾਂ ਵਾਸਤੇ ਹੈ ਜੀ ਸਿਵਲિયન سپورਟ ਸਟਾਫ ਲਈ ਜੀ ਮੇਲ ਅਤੇ ਫੀਮੇਲ ਦੋਨਾਂ ਵਾਸਤੇ ਵੀ ਇਹ ਕਮੇਟੀ ਗਠਿਤ ਹੋ ਚੁੱਕੀ ਹੈ ਜੀ ਇਹਦਾ ਨੋਟੀਫਿਕੇਸ਼ਨ ਤੁਹਾਨੂੰ ਮਾਰਤ ਵਿੱਚ ਦੇਖਣ ਨੂੰ ਮਿਲ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੀ ਦੁਆਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ